ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਮਸਰਾ ਮੂੰਗੀ ਦੀ ਦਾਲ ਬਣਾਉਣ ਲੱਗੀ ਹਾਂ। ਦਾਲ ਮੈਂ 2-3 ਘੰਟੇ ਪਹਿਲਾਂ ਭੇਜਤੀ ਸੀਗੀ। ਇਹਦੇ ਲਈ ਮੈਂ ਪਿਆਜ਼ ਪਾਉਂਗੀ, ਇੱਕ ਪਿਆਜ਼ ਕੱਟਿਆ ਆ, ਇੱਕ ਟਮਾਟਰ, ਜੀਰਾ, ਰਾਈ ਪਾਵਾਂਗੇ, ਲਸਣ ਦਾ ਪੇਸਟ, ਅਦਰਕ, ਧਨੀਆ। ਹੁਣ ਆਪਾਂ ਤੜਕਾ ਲਾਉਂਦੇ ਹਾਂ। ਔਇਲ ਆਪਣਾ ਗਰਮ ਹੋ ਚੁੱਕਾ, ਜੀਰਾ ਅਤੇ ਰਾਈ ਆਪਾਂ ਪਾ ਦਿੰਦੇ ਹਾਂ। लाल मिर्च पाती, हम आप अदरक लहसुन का पेस्ट पा देंगे। प्याज अपने फ्राई होने, फिर ये फ्राई हो जाए तो फिर आप टमाटर से हरी मिर्च पावे। हम आप टमाटर हरी मिर्च पा देंगे। ਪਾਵਾਂਗੇ ਸਵਾਦ ਅਨੁਸਾਰ। ਟਮਾਟਰ ਆਪਣੇ ਫਰਾਈ ਹੋ ਜਾਣ ਫਿਰ ਆਪਾਂ ਬਾਕੀ ਮਸਾਲੇ ਪਾਉਂਦੇ ਹਾਂ। ਟਮਾਟਰ ਆਪਣੇ ਫਰਾਈ ਹੋਵੇ ਹੁਣ ਆਪਾਂ ਉਹਦੇ ਵਿੱਚ ਪਾਉਂਦੇ ਹਾਂ ਬਾਕੀ ਮਸਾਲੇ। ਆਪਾਂ ਜ਼ਿਆਦਾ ਮਸਾਲੇ ਨਹੀਂ ਪਾਉਣੇ, ਹਲਦੀ ਪਾਵਾਂਗੇ ਆਪਾਂ, ਥੋੜ੍ਹੀ ਜਿਹੀ ਆਪਾਂ ਚਿਲੀ ਫਲੈਕਸ ਪਾ ਦਿੰਦੇ ਹਾਂ। ਧਨੀਆ ਪਾਊਡਰ ਪਾਵਾਂਗੇ, ਥੋੜ੍ਹੀ ਜਿਹੀ ਆਪਾਂ ਕਸਤੂਰੀ ਲਾਲ ਮਿਰਚ ਦੇ ਗੀ ਮਿਰਚ ਪਾ ਦਿੰਦੇ ਹਾਂ। ਹੁਣ ਆਪਾਂ ਪਾ ਦਿੰਦੇ ਹਾਂ ਦਾਲ। ਹੁਣ ਆਪਾਂ ਪਾਣੀ ਪਾ ਦਿੰਦੇ ਹਾਂ। ਆਪਾਂ ਹੁਣ ਗੈਸ ਸਿਮ ਕਰ ਦੇਣੀ, ਆਪਾਂ ਇਹਨੂੰ 1/2 ਘੰਟਾ ਰਿੰਨਾਂਗੇ। ਜੇ ਤੁਹਾਨੂੰ ਕਾਹਲੀ ਹੋਵੇ ਤਾਂ ਤੁਸੀਂ ਗੈਸ ਫੁੱਲ ਕਰ ਲਓ, ਤਾਂ ਫਿਰ 10 ਮਿੰਟ 'ਚ ਬਣ ਜਾਂਦੀ ਆ।
दाल अपनी बन गई है, तो 2 मिनट होर रिंगना है। फिर आप धनिया पा लेंगे। दाल अपनी बन गई है, धनिया पा देने। थोड़ा जहा साबता धनिया थोड़ा कुटिया हुआ, ज्यादा नहीं, इन दादल फादल जहा किया हुआ, ये पा दें। हम आप 5 मिनट इस तरह ढक के रखेंगे, फिर आप प्लेटिंग करते हैं। दाल अपनी बन के तैयार है। हूँ आप 1 चमच देसी घी का पावे। तो हूँ आप बह के रोटी खाने। तुहानू मेरी वीडियो वधिया लगती है तो इनू लाइक करो, शेयर करो, सबसक्राइब करो और कॉमेंट भी जरूर करो।